ਫੀਲਿੰਗ ਗੁੱਡ ਠੀਕ ਆ ਬਹੁਤ ਬੈਟਰ ਆ ਵੇਟ ਕਿੰਨਾ ਹੁੰਦਾ ਸੀ ਪਹਿਲਾਂ ਕਿੰਨਾ ਵੇਟ ਸੀ ਤੁਹਾਡਾ 133 ਸੀ ਜਦੋਂ ਸਰਜਰੀ ਕੀਤੀ 133 ਹਾਂਜੀ ਕਦੋਂ ਹੋਈ ਸੀ ਸਰਜਰੀ ਜੂਨ 2014 2 ਸਾਲ ਹੋ ਚੁੱਕੇ ਆ 2 ਸਾਲ ਹੋਣ ਵਾਲੇ ਆ ਹਾਂਜੀ ਤੇ ਹੁਣ ਕਿੰਨਾ ਵੇਟ ਆ ਹੁਣ ਅੱਜ 90.43 ਕੇਜੀਸ ਵੇਟ ਡਾਊਨ ਹਾਂਜੀ ਅੱਛਾ ਖਾਣ ਦਾ ਦੱਸੋ ਵੀ ਕਿੰਨਾ ਖਾ ਲੈਂਦੇ ਆ ਇੱਕ ਟਾਈਮ ਤੇ ਕਿੰਨਾ ਇੱਕ ਰੋਟੀ ਜਾਂ ਦੋ ਰੋਟੀ ਖਾ ਜਾਂਦੇ ਆ ਵਿਟਾਮਿਨ ਟੈਬਲੇਟ ਜ਼ਿਆਦਾ ਰਹਿੰਦੀ ਸੀ ਉਦੋਂ ਈਵਨ ਜਿਸ ਦਿਨ ਸਰਜਰੀ ਵੀ ਕੀਤੀ ਆ ਕਾਫੀ ਜ਼ਿਆਦਾ ਸੀ ਕਿੰਨੀ ਪੁਰਾਣੀ ਸੀ ਸ਼ੂਗਰ ਤੁਹਾਡੀ ਦੋ ਮੇਰੇ ਤਾਂ ਹੋਣੀ ਆ ਕੋਈ 15 ਸਾਲ ਪੁਰਾਣੀ 15 ਇਅਰਸ ਹਾਂਜੀ ਯੂ ਆਰ ਓਨਲੀ 44 ਇਹਦਾ ਮਤਲਬ 30 ਇਅਰਸ ਤੋਂ 26 ਸਾਲ ਦੀ 25 ਸਾਲ 26 ਸਾਲ ਤੇ ਸਟਾਰਟ ਹੋ ਗਈ ਸੀ ਅੱਛਾ ਅੱਛਾ ਤੇ ਹੁਣ ਤੁਸੀਂ ਕਰਵਾ ਕੇ ਦੇਖੀ ਆ ਐਵਰੇਜ ਸ਼ੂਗਰ ਕਿੰਨੀ ਰਹਿੰਦੀ ਆ ਚੈੱਕ ਉਹ ਤਾਂ ਕਰਦੇ ਰਹਿੰਦੇ ਕਿੰਨੀ ਹੁੰਦੀ ਆ ਮਾਰਨਿੰਗ ਹੁੰਦੀ ਹੈ ਜਿੱਦਾਂ ਕਈ ਵੇਲੇ 4.5 ਜਾਂ ਲਾਈਕ 5.1 ਇੱਥੇ ਹੁੰਦੀ ਆ ਐਵਰੇਜ ਰਹਿੰਦੀ ਆ 6 ਤੋਂ ਵੀ ਨੀਚੇ ਹੀ ਆ ਹਾਂਜੀ 6 ਤੋਂ ਵੀ ਨੀਚੇ ਰਹਿੰਦੀ ਆ ਵਿਚ ਇਜ਼ ਕੁਆਇਟ ਗੁੱਡ ਨਹੀਂ ਸ਼ੂਗਰ ਠੀਕ ਆ ਕਿਸੇ ਗੋਲੀ ਤੋਂ ਬਿਨਾਂ ਠੀਕ ਰਹਿੰਦੀ ਕੋਈ ਦਵਾਈ ਨਹੀਂ ਸਿਰਫ ਵਿਟਾਮਿਨ ਜਿਹੜੇ ਦੋ ਦਿੱਤੇ ਹੋ ਤੁਸੀਂ ਉਹੀ ਖਾਣਾ ਜਿਹੜੇ ਪੇਸ਼ੈਂਟਸ ਦੀਆਂ ਜਿੰਨੀਆਂ ਆਦਤਾਂ ਗਲਤ ਹੈ 3-4 ਕਿਲੋ ਉੱਪਰ ਆ ਜਾਣਾ ਜੇ ਕੋਈ ਡਰਿੰਕ ਜ਼ਿਆਦਾ ਕਰਦਾ ਕੋਈ ਕੋਕ ਜ਼ਿਆਦਾ ਪੀਂਦਾ ਕੋਈ ਚੋਕਲੇਟ ਖਾਂਦਾ ਤਾਂ ਥੋੜਾ ਵੇਟ ਵਧਣਾ ਹੀ ਵਧਣਾ ਉਹਦੇ ਨਾਲ ਫਿਰ ਜਦੋਂ ਵਧੇ ਫਿਰ ਸਮਝੋ ਵੀ ਕਿਉਂ ਉੱਪਰ ਆ ਰਿਹਾ ਚਾਹ ਜ਼ਿਆਦਾ ਪੀ ਰਹੇ ਆ ਉਹ ਬੰਦ ਕਰੋ ਫਿਰ ਸੈੱਟ ਮਤਲਬ ਕੰਟਰੋਲ ਤੁਹਾਡੇ ਹੱਥ ਚ ਆ